ਉਹ ਤੇਰੇ ਰਸ ਦੀਆਂ, ਉਹ ਤੇਰੇ ਆਨੰਦ ਦੀਆਂ ਉਹ ਯਾਦਾਂ ਨਹੀਂ ਭੁੱਲਦੀਆਂ। ਉਹ ਸਮੇਂ ਯਾਦ ਆਉਂਦੇ ਨੇ ਕਿ ਜਦੋਂ ਤੂੰ ਕਿ ਐਡੀ ਜ਼ਬਰਦਸਤ ਅੱਗ ਬਲਦੀ ਹੋਵੇ ਤੇ 2.5 ਸਾਲਾਂ ਦਾ ਬੱਚਾ ਵਿੱਚ ਗੋਦ ਦੇ ਬਿਠਾ ਲਿਆ ਹੋਵੇ ਤੇ ਫਿਰ ਤੂੰ ਆਪ ਹੀ ਉਹਨੂੰ ਜਲਾ ਕੇ ਤੇ ਫਿਰ ਦਮਕ ਮਾਰ ਕੇ ਆਖੇ ਵੀ ਸਾੜ ਕੇ ਵਿਖਾ। ਭਾਈ ਜੀ ਆਂਦੇ ਨੇ ਪ੍ਰਹਲਾਦ ਨੇ ਕੀਤਾ ਸੀ, ਪਰਮੇਸ਼ਰ ਨੇ ਪ੍ਰਹਲਾਦ ਦੇ ਨਾਲ ਸਤਿਗੁਰੂ ਰਾਮ ਸਿੰਘ ਆ ਕੇ ਫਿਰ ਪ੍ਰਦਖ ਵਿਖਾਈਆਂ ਜੋ ਆਖਿਆ ਸੀ ਪ੍ਰਹਲਾਦ ਨੂੰ। ਉਹ ਜੀ ਇਹ ਹਰ ਸਿਮਰਤ ਤੂੰ ਉਹ ਨਾ ਜਲੇ ਉਹ ਮਨ ਧਨ ਰੱਖ ਵਰ ਤਾਰੇ ਹਰ ਸਿਮਰਤ ਤੂੰ ਹਰ ਸਿਮਰਤ ਤੂੰ ਨਾ ਜਲੇ ਉਹ ਕਰਕੇ ਵੇਖ। ਇੱਕ ਹਰੀ ਰੂਪ ਪਰਮਾਤਮਾ ਦਾ ਸਿਮਰਨੀ ਜਿੱਥੇ ਅੱਗ ਨਹੀਂ ਪੋ ਸਕਦੀ। ਸਤਿਗੁਰੂ ਰਾਮ ਸਿੰਘ ਜੀ ਪ੍ਰਦਾਹ ਕਰਕੇ ਵਿਖਾਉਣ ਲੱਗੇ ਆ ਮਾਤਾ ਸਾਹਿਬ ਕੌਰ ਨੂੰ ਕਿ ਉਹਨਾਂ ਨੇ ਬਾਰ ਬਾਰ ਸਤਿਗੁਰੂ ਰਾਮ ਸਿੰਘ ਦੇ ਸਾਹਮਣੇ ਖਲੋ ਕੇ ਆਖਿਆ ਸੀ ਕੋਈ ਇੱਥੇ ਕੋਈ ਵਿਦਾਂਤ ਦੀ ਵਿੱਦਿਆ ਵੀ ਜਾਣਦਾ ਏ, ਤੁਹਾਡੇ 'ਚ ਕੋਈ ਵਿਦਾਂਤ ਦੀ ਵਿੱਦਿਆ ਦਾ ਹੈ ਜਾਣੂ, ਕੋਈ ਵਿਦਾਂਤ ਦੀ ਵਿੱਦਿਆ ਇੱਥੇ ਜਾਣ ਸਕਦਾ ਹੈ? ਤਾਂ ਕਰਨ ਕਾਰਨ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵਜਨ ਕੀਤਾ ਕਿ ਤੂੰ ਤਾਂ ਸਭ ਕੋਲ ਵਿਦਾਂਤ ਦੀ ਵਿੱਦਿਆ ਹੀ ਜਾਣੀ ਹੈ, ਆਹ ਤੈਨੂੰ ਇਹਦੇ ਤੋਂ ਅੱਗੇ ਜਿਹੜੀ ਵਿੱਦਿਆ ਉਹ ਦੱਸੀਏ। ਤੇ ਫਿਰ ਬਿਠਾਲ ਕੇ ਇਹੋ ਹੀ ਹੋਲੇ ਦਾ ਤਿਆਰ ਸੀ ਤੇ ਫਿਰ ਦੁਆਲੇ ਲੱਕੜਾਂ ਸਟਾ ਕੇ ਲੱਕੜਾਂ ਤੇ ਫਿਰ ਜਲਾਤਾ ਥੱਲਿਓ ਤੇ ਜਦੋਂ ਅੱਗ ਨਿਕਲੀ ਤਾਂ ਜਿਹੜੇ ਲੋਕ ਨਹੀਂ ਜਾਣਦੇ ਉਹ ਫਿਰ ਅੱਛ-ਅੱਛ ਕਰਨ ਡਹਿ ਪਏ ਕਿ ਏਡਾ ਨਰਥ ਹੋਇਆ ਹੋਲੇ ਦੇ ਤਿਆਰ ਤੇ। ਵੇਖੋ ਉਹਦੇ ਬੱਚਾ ਸੀ ਕੋਲ ਛੋਟਾ ਜਿਹਾ ਜਿਹੜਾ 2.5 ਸਾਲ ਦਾ, ਤੇ ਉਹ ਕੀ ਕਰਨਗੇ ਇੰਨੀ ਅੱਗ ਦੇ ਵਿੱਚ? ਤੇ ਫਿਰ ਆਪ ਚੀਨੀ ਵਾਲੇ ਪਾਤਸ਼ਾਹ ਫਿਰ ਦੁਆਲੇ ਦੁਆਲੇ ਆਉਂਦੇ ਸੀ ਸਾਹਿਬ ਘੋੜੇ ਤੂੰ ਆਂਦੀ ਹੈ ਵਿਦਾਂਤ ਦੀ ਵਿੱਦਿਆ ਦਾ ਕੋਈ ਇੱਥੇ ਜਾਣੂਗਾ, ਕੋਈ ਵਿਦਾਂਤ ਦੀ ਵਿੱਦਿਆ ਵੀ ਜਾਣਦਾ ਹੈ? ਲੈ ਫਿਰ ਤੈਨੂੰ ਵਿਦਾਂਤ ਦੀ ਵਿੱਦਿਆ ਤੋਂ ਅੱਗੇ ਜਿਹੜੀ ਵਿੱਦਿਆ ਤੈਨੂੰ ਉਹ ਦੱਸਦੇ ਨੇ, ਆਹ ਦੱਸ ਕਿਹੜੇ ਵਿਦਾਂਤ ਦੀ ਵਿੱਦਿਆ ਹੀ ਆਹ। ਉਹ ਜੀ ਜਲ ਅਗਨੀ ਵਿੱਚ ਇਸੇ ਦਿਨ ਦੇ ਉਹ ਜੀ ਜਲੇ ਨਾ ਡੁੱਬੇ ਗੁਰ ਪਰਸਾ
ਸਾਡੀ ਅੱਖਨੀ ਵਿੱਚ ਚਲੇ ਨਾ ਡੁੱਬੇ ਤਿਹਾਰ ਤੁਰਿਆ ਏ ਭਾਈ ਜੀ ਆਂਦੇ ਆ ਜਲ ਅਗਨੀ ਵਿੱਚ ਕੱਤਿਆ ਉਹ ਪ੍ਰਹਲਾਦ ਨੂੰ ਪੱਥਰਾਂ ਨਾਲ ਬੰਨ ਬੰਨ ਕੇ ਡੂੰਘੇ ਪਾਣੀ ਦੇ ਵਿੱਚ ਸੁੱਟਿਆ ਉੱਤੇ ਪੱਥਰ ਸੁੱਟ ਸੁੱਟ ਕੇ ਥਾਂ ਪੂਰ ਦਿੱਤਾ ਸਭ ਅੱਕ ਥੱਕ ਕੇ ਸਾਰਾ ਦਰਬਾਰ ਤੁਰ ਗਿਆ ਖੱਬ ਕੇ ਤਾਂ ਜਦੋਂ ਸਵੇਰ ਹੋਈ ਤਾਂ ਪ੍ਰਹਲਾਦ ਕੰਢੇ 'ਤੇ ਬੈਠਾ ਰਾਮ ਰਾਮ ਜਪਣ ਡਿਆ ਤਾਂ ਫਿਰ ਅੱਗ ਦੇ ਵਿੱਚ ਕਿ ਇੰਨੀ ਅੱਗ ਦੇ ਵਿੱਚ ਸਾੜਿਆ ਕੇ ਜਿਹੜੀਆਂ ਸੱਤ ਅੱਠ ਹੋਲੀਆਂ ਨੇ ਅਮਾਈਆਂ ਆਉਂਦੀਆਂ ਕੋਈ ਖੁਸ਼ੀ ਦਾ ਕੰਮ ਨਹੀਂ ਹੋਲੀਆਂ 'ਚ ਕਰਨਾ ਇੰਨੇ ਦਿਨ ਅੱਗ ਬਲਦੀ ਰਹੀ ਸੀ ਤਾਂ ਫਿਰ ਵੀ ਜਦੋਂ ਪਾਣੀ ਪਾਉਂਦਾ ਪਾਉਂਦਾ ਹਰਨਾਕਸ਼ ਤੁਰਿਆ ਜਾਂਦਾ ਸੀ ਤਾਂ ਜਿੱਥੇ ਪ੍ਰਹਲਾਦ ਨੂੰ ਬਿਠਾ ਲਿਆ ਸੀ ਇਹਦੀ ਭੂਆ ਆ ਹੋਲਕਾਂ ਉਹਦਾ ਨਾਂ ਹੀ ਉਹ ਇਹਦੀ ਭੂਆ ਸੀ ਉਹ ਇਹਨੂੰ ਗੱਦ 'ਚ ਲੈ ਕੇ ਬੈਠੀ ਸੀ ਇਹਦੇ ਪਿਤਾ ਨੂੰ ਆਉਂਦੀ ਸੀ ਇਹ ਕਿਹੜੀ ਗੱਲ ਐਵੇਂ ਖਪੇ ਹੋਈ ਜਾਂਦਾ ਹੈ ਇਹਨੇ ਮੋਹ ਨਾਲ ਮੇਰੇ ਕੋਲ ਆ ਜਾਣਾ ਹੈ ਅਤੇ ਮੈਂ ਗੋਦ 'ਚ ਲੈ ਕੇ ਬਹਿ ਜਾਂਦੀ ਹਾਂ ਮੇਰੇ ਦੁਆਲੇ ਲੱਕੜਾਂ ਸੁੱਟ ਕੇ ਤਾਂ ਉਹਨਾਂ ਨੂੰ ਅੱਗ ਲਾ ਦੇ ਜਦੋਂ ਅੱਗ ਦਾ ਜ਼ੋਰ ਪਿਆ ਇਹਨੂੰ ਮੈਂ ਹੈ ਤਾਂ ਮਾਸੂਮ ਆ ਮੈਂ ਗੱਦ 'ਚੋਂ ਬਾਹਰ ਕੱਢ ਦੂੰ ਉਹ ਜਿਹੜਾ ਵਰ ਲਿਆ ਇਹ ਚਾਦਰ ਮੈਂ ਲਈ ਆ ਉਹ ਚਾਦਰ ਆਪਣੇ ਉੱਤੇ ਮੈਂ ਲੈ ਲੈਣੀ ਆ ਇਸੇ ਤਰ੍ਹਾਂ ਕੀਤਾ ਜਦੋਂ ਇਹ ਪ੍ਰਹਲਾਦ ਇੱਕ ਵਾਰੀ ਰਾਮ ਰਾਮ ਜਪੀ ਜਾਂਦਾ ਸੀ ਰਾਮ ਰਾਮ ਜਪੀ ਜਾਂਦਾ ਸੀ ਮਹਾਂਪੁਰਸ਼ੋ ਮੇਰੇ ਵੱਡੇ ਬਾਬਾ ਜੀ ਜਿਹੜਾ ਬਹੁਤ ਭਜਨ ਕਰਿਆ ਕਰਦੇ ਸੀ ਉਹ ਰਾਮ ਰਾਮ ਦਾ ਕਰਿਆ ਕਰਦੇ ਸੀ ਰਾਮ 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 ਸਰੀਰਾਂ ਨੇ ਅਰਜ਼ ਕੀਤੀ ਬਾਬਾ ਜੀ ਚੁੱਖਰਾ ਭਜਨ ਸੱਚੇ ਪਾਤਸ਼ਾਹ ਦਾ ਹੁਕਮ ਆ ਇਹ ਯੁੱਗ ਦਾ ਨਾਮ ਆ ਤੇ ਭਜਨ ਦੱਸਦੇ ਵੀ ਚੁੱਖਰਾ ਜੋ ਤੇ ਸੱਚੇ ਪਾਤਸ਼ਾਹ ਦਾ ਹੁਕਮ ਆ ਤੇ ਤੁਸੀਂ ਰਾਮ ਰਾਮ ਜਪਦੇ ਜੋ ਤੇ ਫਿਰ ਸਤਿਗੁਰੂ ਰਾਮ ਸਿੰਘ ਦਾ ਨਾਂ ਲੈ ਕੇ ਆਖਣ ਲੱਗੇ ਇਹ ਉਹਦੇ ਨਾਂ ਨੂੰ ਅੱਖਰ ਲੱਗਦੇ ਆ ਉਹਦਾ ਪਹਿਰਾ ਏ ਪੁੱਤ ਮੈਂ ਉਹਦਾ ਨਾਮ ਜਪਦਾ ਆ
ਤਾਂ ਫੇਰ ਵੀ ਆਂਦੇ ਹੀ ਪੁੱਤ ਮੈਂ ਜਿੰਨਾ ਆਂਦਾ ਹਾਂ ਨਾਮ ਜਪਣਾ ਹੈ, ਜਿੰਨੀ ਮੈਂ ਆਂਦਾ ਹਾਂ ਬਾਣੀ ਪੜ੍ਹਨੀ ਆ, ਮੇਰੇ ਕੋਲੋਂ ਪੜ੍ਹੀ ਨਹੀਂ ਗਈ। ਉਹ ਆਖ ਕੇ ਗਏ ਸੀ ਵੀ ਪਰਸੋਂ ਆਵਾਂਗੇ। ਮੈਂ ਉਹਦਾ ਨਾਮ ਜਪਦਾ ਆ, ਤੇਰੀਆਂ ਯਾਦਾਂ ਇਹ ਭੁੱਲਦੀਆਂ ਨਹੀਂ ਉਹ ਜ਼ਮਾਨਾ, ਯਾਦ ਐਸਾ ਰਸ ਆ ਪਿਛਲੀਆਂ ਟਾਈਮਾਂ ਦੀਆਂ ਜਿੰਨੀਆਂ ਸਾਖੀਆਂ ਜਿੰਨੇ ਬਚਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੱਚ ਕਰਕੇ ਵਿਖਾ ਰਹੇ ਸੀ ਕਿ ਉਦੋਂ ਵੀ ਮੈਂ ਸਾਂ, ਤਾਂ ਫਿਰ ਉਹ ਹੀ ਮੈਂ ਆਇਆ ਹੈ। ਇਹ ਸਾਰਾ ਕੁਝ ਮੇਰੇ ਹੁਕਮ ਚ ਆ। ਸਤਿਗੁਰੂ ਰਾਮ ਸਿੰਘ ਜੀ ਦਾ ਦੌਰਾ ਜਾ ਰਿਹਾ ਸੀ, ਬਾਬੇ ਨਰਾਇਣ ਸਿੰਘ ਜੀ ਮਹਾਂਪੁਰਸ਼ ਰਸਤੇ ਚ ਇੱਕ ਨਿੰਮ ਆਈ ਤੇ ਜਦੋਂ ਨਿੰਮ ਦੇ ਨੇੜੇ ਗਏ ਤੇ ਵਿਰਾਗ ਜਾ ਗਏ ਤੇ ਨਿੰਮ ਨੂੰ ਮੱਥਾ ਟੇਕ ਕੇ ਤੇ ਫਿਰ ਉੱਥੇ ਵਿਰਾਗੀ ਹੋਏ ਡਿੱਗ ਪਏ। ਉੱਥੇ ਵਿਰਾਗੀ ਹੋ ਗਏ ਡਿੱਗ ਪਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੱਗੇ ਦੌਰਾ ਚਲਾ ਗਿਆ। ਜਿੱਦਾਂ ਸਤਿਗੁਰੂ ਪ੍ਰਤਾਪ ਸਿੰਘ ਪੁੱਛਿਆ ਕਰਦੇ ਸੀ ਵੀ ਫਲਾਣੇ ਫਲਾਣੇ ਸਿਰ ਕਿੱਥੇ ਰਹਿ ਗਏ, ਸਤਿਗੁਰੂ ਰਾਮ ਸਿੰਘ ਜੀ ਜਾ ਕੇ ਪੁੱਛਿਆ ਬਾਬੇ ਨਰਾਇਣ ਸੂਣਾ ਬਾਰੇ ਉਹ ਕਿੱਥੇ ਰਹਿ ਗਏ। ਸਰੀਰਾਂ ਨੇ ਅਰਜ਼ ਕੀਤੀ ਜੀ ਰਸਤੇ 'ਚ ਇੱਕ ਨਿੰਮ ਆਈ ਸੀ ਤਾਂ ਉਹ ਨਿੰਮ ਤੋਂ ਪਿੱਛੇ ਹੀ ਵਿਰਾਗ 'ਚ ਆ ਗਏ ਸੀ। ਜਦੋਂ ਨਿੰਮ ਦੇ ਕੋਲ ਆਏ ਨੇ ਤਾਂ ਫਿਰ ਸਰੀਰ ਦੀ ਸੁੱਧ ਨਹੀਂ ਰਹੀ ਤਾਂ ਉਹ ਡਿੱਗ ਪਏ ਨੇ ਉੱਥੇ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਸਿੱਖਾਂ ਨੂੰ ਭੇਜੋ ਜਾਓ ਜਾ ਕੇ ਉਹਨਾਂ ਨੂੰ ਲਿਆਓ। ਸਿੱਖ ਆਏ ਮਹਾਂਪੁਰਸ਼ਾਂ ਨੂੰ ਬਸੋਦੋਇਆਂ ਨੂੰ ਉਹ ਕਿਹੜੀ ਮਸਤੀ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਿਆ ਕਰਦੇ ਸੀ ਉਹ ਜੀ ਮੈਂ ਪਿਆ ਦੀਵਾਨਾ ਓਏ ਛਹਾਗਾ ਪਿਆ ਦੀਵਾਨਾ ਛਹਾਗਾ।
ਪਿਆ ਦੀਵਾਨਾ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਜੀਵਨ ਨਗਰ ਦੇ ਇਲਾਕੇ ਚ ਆਪ ਤੂੰ ਸਮਝਾ ਕੇ ਸ਼ਬਦ ਪੜ੍ਹ ਰਹੇ ਸੀ, ਨਾਲੇ ਮੈਨੂੰ ਥੋੜੀ ਸੰਭਾਲ ਆ। ਉਸ ਵਕਤ ਦੇ ਸਾਧਾਂ ਦੀ ਵੀ ਆਉਂਦੇ ਹੁੰਦੇ ਸੀ, ਜਰਾ ਸੁਰ ਪੁੱਟ ਕੇ ਉਤਲਾ ਕਾਲਾ, ਸੁਰ ਪੁੱਟ ਕੇ ਜਰਾ ਉਤਲਾ ਕਾਲਾ ਲਾ ਤੇ ਮਸਤਾਨੇ। ਫਿਰ ਜਦੋਂ ਆ ਗਏ ਕੁੱਦ ਕੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਭਜਨ ਕੀਤਾ, ਆਂਦੇ ਹੁਣ ਨਾ ਡੱਕਿਓ ਨਾਲੇ ਪਤਾ ਲੱਗ ਜੂ ਸੱਚਿਆਂ ਮਸਤਾਨਿਆਂ ਦਾ। ਤੇ ਮਸਤਾਨੇ ਫਿਰ ਮਾਰ ਕੇ ਚਾਂਗਰਾਂ ਦੇ ਅੱਗੇ ਆ ਗਏ ਭਈ ਆਪਣਿਆਂ ਨੂੰ ਕੀ ਵੇਖਣਾ ਹੀ ਤੇ ਮੇਰੇ ਤਾਇਆ ਜੀ ਮਗਰ ਬੈਠੇ ਸੀ ਬਾਬੇ ਕਿਰਪਾਲ ਸੋਹਣੀ। ਤੇ ਫਿਰ ਮਗਰੋਂ ਉੱਠ ਕੇ ਤੇ ਹਮਲ ਦੇ ਵਿੱਚੋਂ ਫਿਰ ਬੁੱਕ ਭਰਿਆ ਬਲਦਿਆਂ ਕੋਲਿਆਂ ਦਾ ਤੇ ਨਾਲੇ ਲਈ ਆਉਣ ਚਾਰ ਸਵੇਰੇ ਤੇ ਨਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਹਲੇ ਆਖੀ ਜਾਣ ਆਪਣਿਆਂ ਨੂੰ ਕੀ ਵੇਖਣਾ ਹੀ ਕੀ ਆਨਾ ਹੈ ਵੀ। ਗੁਰੂ ਨਾਨਕ ਕਹਿੰਦੇ ਆ ਉਹ ਜੀ ਮੈਂ ਉਹ ਭਇਆ ਦੀਵਾਨਾ ਮਾਰ ਕੇ ਲੜਕਰੇ ਪੰਡਾਲ ਚ ਆ ਗਏ। ਤਾਂ ਫਿਰ ਬਾਬੇ ਕਿਰਪਾਲ ਸੁਣਾ ਮੇਰੇ ਤਾਇਆ ਜੀ ਨੇ ਹਮਲ ਦੇ ਵਿੱਚੋਂ ਬੁੱਕ ਭਰ ਲਿਆ ਕੋਲਿਆਂ ਦਾ ਤੇ ਨਾਲੇ ਤੇ ਲਈ ਆਉਣ ਤੇ ਨਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਲੇ ਬਾਰ ਬਾਰ ਆਖਣ ਆਪਣਿਆਂ ਨੂੰ ਕੀ ਵੇਖਣਾ ਜੀ ਉਹ ਆਪਣਿਆਂ ਨੂੰ ਕੀ ਵੇਖਣਾ ਜੀ। ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਅੱਗੇ ਲਿਆ ਕੇ ਕੋਲੇ ਸੁੱਟ ਦਿੱਤੇ। ਸੰਤ ਜੀ ਰਾਹੀ ਭਰ ਨਹੀਂ ਹੱਥਾਂ ਨੂੰ ਪਤਾ ਲੱਗਾ ਕੋਲੇ ਕਿੱਥੇ ਬਹਿ। ਇਹ ਮਸਤੀ ਗੁਰੂ ਨਾਨਕ ਦੇਵ ਕਲਯੁਗ ਚ ਲਿਆਂਦੀ ਸੀ ਤਾਂ ਫਿਰ ਸਤਿਗੁਰੂ ਰਾਮ ਸਿੰਘ ਕਿਰਪਾ ਕੀਤੀ ਕਿ ਉਹ ਆ ਮਸਤੀ ਆ। ਚੀਨੀ ਵਾਲੇ
ਕਿ ਉਹ ਯਾਦਾਂ ਭੁੱਲਦੀਆਂ ਨਹੀਂ, ਉਹ ਜ਼ਮਾਨਾ ਯਾਦ ਆਉਂਦਾ ਆ। ਫੇਰ ਚੀਨੀ ਵਾਲੇ ਪਾਤਸ਼ਾਹ ਇਹ ਮਸਤੀ ਇਹ ਰਸ ਕਲਯੁਗ ਚ ਜਿਹੜੇ ਜਿਹਦਾ ਵੇਰਵਾ ਗੁਰੂ ਨਾਨਕ ਦੇਵ ਕੀਤਾ ਹੀ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬਹੁ ਰਾਨਾ ਹਾਂ ਹਰ ਬਿਨ ਔਰ ਨਾ ਜਾਣਾ, ਗੁਰੂ ਨਾਨਕ ਦੇਵ ਬਚਨ ਕੀਤੇ ਹੀ। ਫਿਰ ਸਤਿਗੁਰੂ ਰਾਮ ਸਿੰਘ ਜੀ ਉਹ ਮਸਤੀ ਫਿਰ ਆਪਣੇ ਲੋਕਾਂ ਨੂੰ ਬਖਸ਼ੀ, ਆਪਣੇ ਫਿਰ ਮਾਈ ਭਾਈ ਨੂੰ ਉਹ ਰਸ ਉਹ ਆਨੰਦ ਬਖਸ਼ਿਆ ਕਿ ਇਹ ਹੋਲੇ ਦਾ ਤਿਉਹਾਰ ਪ੍ਰਹਲਾਦ ਤੋਂ ਤੁਰਿਆ। ਸਭ ਲੋਕ ਹੋਲੀ ਅਜੇ ਵੀ ਖੇਡਦੇ ਨੇ ਜਿਹਨਾਂ ਨੂੰ ਸਤਿਗੁਰੂ ਦਾ ਦਰਸ਼ਨ ਨਹੀਂ ਹੋਇਆ, ਇਹ ਗੁਰੂ ਗੋਬਿੰਦ ਸਿੰਘ ਜੀ ਹੋਲੇ ਦਾ ਰੂਪ ਬਖਸ਼ਿਆ। ਫਿਰ ਸਮਾਂ ਆਉਣ ਤੇ ਮੁਰਝਾ ਗਿਆ, ਇਹ ਦੁਬਾਰਾ ਫਿਰ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕੀਤੀ ਤਾਂ ਇਹ ਮਸਤੀ ਇਹ ਰਸ ਸਤਿਗੁਰੂ ਰਾਮ ਸਿੰਘ ਫਿਰ ਬਖਸ਼ਿਆ। ਇੱਕ ਵਾਰੀ ਹਰਨਾਕਸ਼ ਨੇ ਬੜਾ ਭੈ ਪੀ ਤੋ ਕੇ ਆਖਿਆ, ਮੇਰਾ ਕੋਈ ਹਮਰਾਈ ਬਣੋ, ਮੇਰੇ ਪੁੱਤ ਨੂੰ ਇਹਨੂੰ ਪ੍ਰਹਲਾਦ ਨੂੰ ਦੂਰ ਲੈ ਜਾਓ ਮੇਰੀਆਂ ਅੱਖਾਂ ਤੋਂ, ਇਹ ਮੈਂ ਯਤਨ ਕੀਤਾ ਹੈ ਨਾ ਡੋਬਿਆਂ ਡੁੱਬਦਾ ਹੈ ਨਾ ਅੱਗ ਜੀ ਸੜਦਾ ਹੈ ਨਾ ਇਹ ਮਾਰਿਆ ਮਰਦਾ ਆ। ਕਿਉਂ ਆਂਦੇ ਜੂਗਾ, ਉਹ ਜੀ ਹਰ ਸਿਮਰਤ ਤੂੰ ਉਹ ਨਾ ਚੱਲੇ, ਹਰ ਸਿਮਰਤ ਤੂੰ ਨਾ ਚੱਲੇ, ਹਰ ਸਿਮਰਤ ਤੂੰ ਜਿਹੜਾ ਹਰੀ ਰੂਪ ਪਰਮਾਤਮਾ ਦੇ ਸਿਮਰਨ ਦਾ ਵੇਰਵਾ ਕੀਤਾ ਸੀ ਸਤਿਗੁਰੂ ਰਾਮ ਸਿੰਘ, ਉਹ ਸਿਮਰਨ ਬਖਸ਼ਿਆ। ਫਿਰ ਉਹ ਮਸਤੀ ਉਹ ਰਾਸ ਆਪਣਿਆਂ ਨੂੰ ਆ ਕੇ ਫਿਰ ਬਖਸ਼ਿਆ। ਪ੍ਰਹਲਾਦ ਦੇ ਸੰਡਾ ਮਰਕਾ ਜੀ ਗੁਰੂ ਜੀ ਲੈ ਗਏ, ਜਾ ਕੇ ਅੰਦਰ ਦੇ ਕੇ ਭੈ ਦੇ ਕੇ ਪ੍ਰਹਲਾਦ ਨੂੰ ਆਖਿਆ, ਹੁਣ ਕੀ ਖਾਵੇਂਗਾ ਕੀ ਪੀਵੇਂਗਾ ਕਿਹਦੇ ਨਾਲ ਗੱਲ ਕਰੇਗਾ। ਤਾਂ ਪ੍ਰਹਲਾਦ ਨੇ ਫਿਰ ਦਮਕ ਮਾਰ ਕੇ ਅੰਦਰੋਂ ਆਖਿਆ, ਮੈਨੂੰ ਲੋੜ ਹੀ ਨਹੀਂ, ਮੇਰੇ ਕੋਲ ਗਊ ਗਰੀਬ ਦੀ ਪਾਲਣਾ ਕਰਨ ਵਾਲਾ ਭਗਵਾਨ ਬੈਠਾ ਹੈ। ਗੁਰੂ ਜੀ ਆਂਦੇ ਆ ਪ੍ਰਹਲਾਦ ਕੋਠੇ ਵਿੱਚ ਰੱਖਿਆ, ਧੱਕੇ ਨਾ ਰੱਖਿਆ, ਬਾਲਕ ਜਾਣ ਕੇ ਬੰਦ ਕੀਤਾ, ਬਾਰ ਦੀਆ ਤਾਲਾ ਬਾਰ, ਮਾਲਵੇ ਦੀ ਭਾਸ਼ਾ ਦਰਵਾਜ਼ਾ ਬੰਦ ਕਰਕੇ ਤਾਲਾ ਲਾ ਤਾ। ਤੇ ਅੰਦਰੋਂ ਫਿਰ ਨਿਰਭੈਤਾ ਨਾਲ ਆਖਿਆ, ਉਹ ਮੇਰੇ ਕੋਲ ਗਊ ਗਰੀਬ ਦੀ ਪਾਲਣਾ ਕਰਨ ਵਾਲਾ ਭਗਵਾਨ ਬੈਠਾ ਹੈ, ਮੈਨੂੰ ਨਹੀਂ ਲੋੜ। ਮਹਾਂਪੁਰਸ਼ੋ ਇਹ ਸ਼ਬਦ ਸਭ ਕਹਿ ਲੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇਹ ਸਤਿਗੁਰੂ ਰਾਮ ਸਿੰਘ ਕਿਰਪਾ ਕੀਤੀ ਕਿ ਉਹ ਕਿਹੜਾ ਸਿਮਰਨਿਆ। ਜਦੋਂ ਮੇਰੇ ਵੱਡੇ ਬਾਬਾ ਜੀ 12 ਸਾਲ ਨਹੀਂ ਬੂਆ ਲਾਇਆ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਿਦੇਸ਼ ਵਿੱਚ ਆਉਂਦਾ ਹੈ, ਫਰੀਦ ਜੀ ਵੀ ਆਉਂਦੇ ਆ ਵੀ ਫਰੀਦਾ ਰੋਟੀ ਮੇਰੀ ਕਾਠ ਕੀ, ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਦਾ ਕਾਠ ਦੀ ਰੋਟੀ ਦਾ ਵੀ ਨਹੀਂ ਜ਼ਿਕਰ ਆਇਆ। ਇਹ ਬਖਸ਼ਿਸ਼ ਸਤਿਗੁਰੂ ਰਾਮ ਸਿੰਘ ਕੀਤੀ ਤਾਂ ਫਿਰ 12 ਸਾਲੀ ਬੂਆ ਲਾਇਆ, ਪੁੱਛਿਆ ਬਾਬਾ ਜੀ ਜਿਹਦੇ ਨਾਲ ਭਜਨ ਕਰਦੇ ਹੁੰਦੇ ਹੋ ਕੌਣ ਸੀ, ਤੇ ਆਖਿਆ ਪੁੱਤ ਜਿਹਦਾ ਨਾਮ ਜਪਣ ਡਏ ਹਾਂ 12 ਸਾਲ ਉਹਦੇ ਨਾਲ ਭਜਨ ਕੀਤੇ ਆ। ਪ੍ਰਹਲਾਦ ਨੇ ਆਖਿਆ ਹੀ ਉਹ ਮੇਰੇ ਕੋਲ ਬੈਠਾ ਹੈ, ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਪਰਦਾਸ ਕਰਕੇ ਵਿਖਾਇਆ ਕਿ ਇਸ ਤਰ੍ਹਾਂ ਪ੍ਰਹਲਾਦ ਆਉਂਦਾ ਹੀ ਮੈਂ ਕੋਲ ਬਾਇਆ ਹੈ।
ਇਹ ਕਿਰਪਾ ਸਤਿਗੁਰੂ ਰਾਮ ਸਿੰਘ ਜੀ ਦੀ। ਉਹ ਜੀ ਤੇਰੀਆਂ ਇਹ ਜਾਦਾ ਇਹ ਭੁੱਲ ਦੀਆਂ ਨਹੀਂ ਜਮਾਨਾ ਯਾਦ ਆਉਂਦਾ ਭੁੱਲ ਦੀਆਂ ਸੰਤਾਂ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਸੰਤ ਗਿਆਨ ਸੁਣਾ ਆਖਾਂ ਆ ਜਾਓ ਪੜ੍ਹ ਲਈਏ ਦੂਜੇ ਮੇਲੇ ਨੂੰ ਕੀ ਪਤਾ ਸਰੀਰ ਦਾ ਆਖਣਾ ਆ ਜਾਓ ਇਕੱਠੇ ਹੋ ਗਏ ਖਿਆਲੇ ਵਾਲੇ ਸੁਬੇਰ ਨਾਮ ਸੁਣਾ ਨੂੰ ਤੂੰ ਨਾਮਿਆਂ ਢੋਲਕੀ ਫੜ ਜਰਾਜ ਦਰਾ ਜਾਓ ਕੀ ਪਤਾ ਦੂਜੇ ਮੇਲੇ ਨੂੰ ਇਹ ਸਰੀਰ ਦਾ ਕੀ ਪਤਾ ਹੋਵੇ ਮਹਾਂਪੁਰਸ਼ੋ ਸਾਡੀਆਂ ਕਮੀਆਂ ਪੇਸ਼ੀਆਂ ਕਰਕੇ ਕੁਝ ਕਮਜ਼ੋਰੀਆਂ ਹੋ ਜਾਂਦੀਆਂ ਇਹ ਰਾਤੀ ਵੀ ਨਹੀਂ ਆ ਸਕੇ ਕਮਜ਼ੋਰੀ ਕਰਕੇ ਆਪਣੀ ਨਹੀਂ ਤੇ ਇਹਨਾਂ ਦਿਨਾਂ ਨੂੰ ਸਾਲਾਂ ਪਰ ਡੀਕੀ ਦਾ ਹੈ ਜਿੱਦਣ ਆਪਣੇ ਇਕੱਠੇ ਹੋਣਗੇ ਸਾਰੇ ਤਾਂ ਫਿਰ ਉਹਨੂੰ ਯਾਦ ਕਰਾਂਗੇ ਕਿ ਕਿਸ ਕਰਕੇ ਮਹਾਂਪੁਰਸ਼ੋ ਇਹ ਮਾਈਆਂ ਬੀਬੀਆਂ ਜਦੋਂ ਵਿਆਹਾਂ ਛਾਦੀਆਂ ਤੇ ਪੇਕੇ ਆਉਣ ਤੇ ਫਿਰ ਖੁਸ਼ੀ ਹੁੰਦੀ ਆ ਗੁਰੂ ਨਾਨਕ ਨੇ ਆਖਿਆ ਸੀ ਆਵੋ ਭੈਣਾਂ ਗਲ ਮਿਲਾ ਉਹ ਮੇਰੀਆਂ ਭੈਣਾਂ ਉਹ ਮੇਰੇ ਭਾਈ ਆਓ ਜਿਹੜੇ ਭੈਣ ਭਾਈ ਜੋ ਆਵੋ ਤੇ ਫਿਰ ਕਰੀਏ ਕੀ ਕਿ ਉਹਦੀਆਂ ਕਹਾਣੀਆਂ ਕਰੀਏ ਗੁਰੂ ਨਾਨਕ ਦੇਵ ਇਹ ਨਹੀਂ ਗੁਰੂ ਨਾਨਕ ਆਖਿਆ ਮੈਂ ਇਕੱਲਾ ਬਹਿ ਕੇ ਕਰ ਲਵਾਂ ਗੁਰੂ ਨਾਨਕ ਆਖਿਆ ਸੀ ਉਹ ਮਿਲਣ ਤੇ ਮੈਂ ਫੇਰ ਕਰਾਂ ਗੁਰੂ ਨਾਨਕ ਆਉਂਦੇ ਸੀ ਉਹ ਜੀ ਮਿਲ ਕੇ ਕਰਹਾ ਕਹਾਣੀਆਂ ਮਿਲ ਕੇ ਕਰੋ ਕਹਾਣੀਆਂ ਓਏ ਮਿਲ ਕੇ ਕਰੋ Oh,
ਮਿਲ ਕੇ ਕਰਾ ਕਹਾਣੀਆਂ ਉਹ ਜੀ ਮਿਲ ਮਿਲ ਸਖੀ ਤੇ ਗੁਣ ਕਹਾ ਮੇਰੇ ਪ੍ਰਭ ਕੇ ਮਿਲ ਮਿਲ ਸਖੀ ਗੁਣ ਕਹਾ ਮੇਰੇ ਪ੍ਰਭ ਕੇ ਸਖੀ ਗੁਣ ਕਹਾ ਮੇਰੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਆਓ ਮੇਰੀਆਂ ਸਖੀਆਂ ਭੈਣਾਂ ਉਹ ਭਾਈ ਮਿਲਣ ਆਓ ਉਹਦੇ ਗੁਣਾਂ ਦਾ ਵਰਣਨ ਕਰੀਏ ਕਿ ਆ ਰਸ ਆ ਮਸਤੀ ਸਤਿਗੁਰੂ ਰਾਮ ਸਿੰਘ ਕਲਯੁਗ ਚ ਬਖਸ਼ ਕੇ ਗਏ ਨੇ ਦੱਸ ਦਿੱਤਾ ਹੈ ਕਿ ਪ੍ਰਹਲਾਦ ਨੂੰ ਅੱਗ ਕਿਵੇਂ ਨਹੀਂ ਸਾੜਦੀ ਉਹ ਕਿਹੜੀ ਬਰਕਤ ਸੀ ਉਹ ਜੀ ਤੇਰੀਆਂ ਯਾਦਾਂ ਇਹ ਭੁੱਲ ਦੀਆਂ ਨਹੀਂ ਉਹ ਜਮਾਨਾ ਯਾਦ ਖਿਮਾ ਮੰਗਦਾ ਹੈ ਜਿਹੜੀ ਮੈਂ ਅਰਜ ਕੀਤੀ ਆ ਆਪਣੀਆਂ ਕਮਜ਼ੋਰੀਆਂ ਕਰਕੇ ਆਪਣੀਆਂ ਕਮੀਆਂ ਪੇਸ਼ੀਆਂ ਕਰਕੇ ਕਈ ਵਾਰੀ ਨਹੀਂ ਦਰਸ਼ਨ ਹੁੰਦਾ ਪਰ ਜਿਹੜੀ ਮੈਂ ਅਰਜ ਕੀਤੀ ਆ ਜਿਹੜਾ ਬਚਨ ਮੇਰੇ ਬਾਬਾ ਜੀ ਕਰਿਆ ਕਰਦੇ ਸੀ ਉਹ ਤਾਂ ਮੈਂ ਕਈਆਂ ਯੁੱਗਾਂ ਦਾ ਇੱਥੇ ਤਪ ਕਰਨ ਦਿਆਂ ਹੈ ਇਹ ਮੇਰੀ ਯੁੱਗਾਂ ਯੁੱਗਾਂ ਦੀ ਆਪਣੀ ਧਰਤੀ ਆ ਸਤਿਗੁਰੂ ਰਾਮ ਸਿੰਘ ਮੇਰਾ ਸਤਿਗੁਰੂ ਜਗਜੀਤ ਸਿੰਘ ਇਹ ਕਿਰਪਾ ਕਰਨ ਕਿ ਆਪਣੇ ਬਣਾਈ ਰੱਖਣ ਆਪਣੇ ਬਣਾ ਕੇ ਰੱਖਣ ਮੈਂ ਖਿਮਾ ਮੰਗਦਾ ਹੈ ਆਪ ਸਭ ਨੂੰ ਅੱਜ ਇੱਥੇ ਲੈ ਆਈ ਹੈ ਆਪ ਸਭ ਦੇ ਵਿੱਚ ਜਿੱਥੇ ਮੰਚ ਉੱਤੇ ਬੈਠੇ ਵਿਦਵਾਨ ਸ਼ਾਮਿਲ ਨੇ ਮੈਂ ਵੀ ਸ਼ਾਮਿਲ ਹਾਂ ਜੋ ਵਿਦਵਾਨ ਨਹੀਂ ਹਾਂ ਮੈਂ ਜਦ ਵੀ ਇੱਥੇ ਇੱਕ ਦੋ ਵਾਰੀ ਮਿਲਣ ਗੱਲ ਕਰਨ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਜਦੋਂ ਮੈਂ ਇੱਥੇ ਡਿਉੜੀ ਦੇ ਅੰਦਰ ਦਾਖਲ ਹੁੰਦਾ ਤਾਂ ਮੈਨੂੰ ਦੋ ਗੱਲਾਂ ਯਾਦ ਆਉਂਦੀਆਂ ਨੇ ਇੱਕ ਕਿ ਇਸ ਡਿਉੜੀ ਦੇ ਵਿੱਚ ਸਰਕਾਰੀ ਅਮਲਾ ਫੇਲਾ ਬੈਠਾ ਹੁੰਦਾ ਸੀ ਜਿਹੜਾ ਇੱਕ ਇੱਕ ਸਿੱਖ ਨੂੰ ਜੋ ਇੱਥੇ ਅੰਦਰ ਦਾਖਲ ਹੋਣਾ ਚਾਹੁੰਦਾ ਸੀ ਉਹਦਾ ਵੇਰਵਾ ਦਰਜ ਕਰਦਾ ਸੀ ਲੋਕਾਂ ਨੂੰ ਡਰ ਪੈ ਜਾਏ ਭੈ ਹੋਵੇ ਕਿ ਉਹ ਇੱਕ ਤਰ੍ਹਾਂ ਐਸੀ ਸੰਗਤ ਵਿੱਚ ਦਾਖਲ ਹੋ ਰਹੇ ਨੇ ਜਿੱਥੇ
ਸਰਕਾਰ ਦੇ ਦੁਸ਼ਮਣ ਰਹਿੰਦੇ ਨੇ, ਬਹੁਤ ਸਾਰੇ ਡਰਪੋਕ ਹੋਣਗੇ ਜਿਹੜੇ ਇਸ ਡਰੋਂ ਕਿ ਸਰਕਾਰ ਦੀ ਨਿਗਾਹ ਵਿੱਚ ਅਸੀਂ ਡਿੱਗ ਨਾ ਪਈਏ, ਸ਼ਾਇਦ ਉਹ ਦਾਖਲ ਹੋਣ ਤੋਂ ਪਰਹੇਜ਼ ਕਰਦੇ ਹੋਣ। ਪਰ ਧੰਨ ਹੈ ਇਹ ਧਰਤੀ ਕਿ ਜਿਹਦੇ ਵਿੱਚ ਅਨੇਕ ਸਿੱਖ ਆਪਣੇ ਮਹਾਰਾਜ ਦੇ ਦਰਸ਼ਨਾਂ ਲਈ ਇੱਥੇ ਸਭ ਤਰ੍ਹਾਂ ਦੀਆਂ ਬੰਦਿਸ਼ਾਂ ਤੋੜ ਕੇ ਆਉਂਦੇ ਰਹੇ। ਇਹਨਾਂ ਦਾ ਇਤਿਹਾਸ ਜੇ ਨਹੀਂ ਲਿਖਿਆ ਗਿਆ ਤਾਂ ਲਿਖਣਾ ਚਾਹੀਦਾ। ਅੰਦਾਜ਼ਾ ਲਾਇਆ ਗਿਆ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਉਹਨਾਂ ਦੇ ਜੀਵਨ ਵਿੱਚ 1,00,000 ਲੋਕ ਮਿਲੇ ਸਨ। ਤੁਸੀਂ ਧੰਨ ਧੰਨ ਕਰੋ ਮੁਸਲਮਾਨਾਂ ਦੀ ਲਿਆਕਤ ਉੱਤੇ ਕਿ ਉਹਨਾਂ ਨੇ ਉਹਨਾਂ 1,00,000 ਬੰਦਿਆਂ ਨੂੰ ਲੱਭ ਕੇ, ਉਹਨਾਂ ਦੇ ਹਾਲਾਤ ਲੱਭ ਕੇ ਉਹਨਾਂ ਦੇ ਇਤਿਹਾਸ ਲਿਖੇ ਨੇ। ਮੁਸਲਮਾਨ ਇਕੱਲੀ ਕੌਮ ਹੈ, ਇੱਕ ਮਜ਼ਹਬ ਹੈ ਕਿ ਜਿਸ ਨੇ ਸਾਦੀ ਤੌਰ ਉੱਤੇ ਆਪਣੇ ਹਜ਼ਰਤ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਲਏ, ਉਸ ਦਰਸ਼ਨ ਮਾਤਰ ਦੀ ਮਾਨਤਾ ਵਜੋਂ ਉਹਨਾਂ ਸਾਰੇ 1,00,000 ਮੁਸਲਮਾਨਾਂ ਦੇ, ਔਰ ਜੋ ਗੈਰ ਮੁਸਲਮਾਨ ਸਨ ਉਹਨਾਂ ਦੇ ਵੀ, ਜਿਨ੍ਹਾਂ ਨੇ ਹਜ਼ਰਤ ਮੁਹੰਮਦ ਦੇ ਦਰਸ਼ਨ ਕੀਤੇ ਉਹਨਾਂ ਦੇ ਜੀਵਨ ਲਿਖ ਦਿੱਤੇ ਨੇ। ਅਸੀਂ ਆਪਣੇ ਮੂੰਹੋਂ ਮੀਆਂ ਮਿੱਠੂ ਬਣਦੇ ਹਾਂ, ਸਿੱਖ ਬੜੇ ਬਹਾਦਰ ਨੇ, ਸਿੱਖਾਂ ਦਾ ਮਜ਼ਹਬ, ਸਿੱਖਾਂ ਦਾ ਫਲਸਫਾ ਦੁਨੀਆ ਦੇ ਵਿੱਚ ਉੱਚਾ ਦਰਜਾ ਰੱਖਦਾ ਹੈ। ਪਰ ਇਤਿਹਾਸ ਦੇ ਮਾਮਲੇ ਵਿੱਚ ਮੇਰੇ ਕੋਲੋਂ ਜਿਹੜੇ ਪਹਿਲਾਂ ਬੋਲ ਗਏ ਨੇ, ਮੈਂ ਉਹਨਾਂ ਕੋਲੋਂ ਮਾਫ਼ੀ ਮੰਗ ਕੇ ਕਹਿਣਾ, ਇੰਨਾ ਵਧੀਆ ਬੋਲੇ ਨੇ, ਮੈਨੂੰ ਤਾਂ ਬੋਲਣ ਦਾ ਬਲ ਨਹੀਂ ਆਉਂਦਾ, ਐਡਾ ਸੋਹਣਾ ਬੋਲ ਗਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਉਹਨਾਂ ਦਾ ਸ਼ਹੀਦੀ ਪੁਰਬ ਅਸੀਂ ਸਾਰੇ ਮਨਾਉਂਦੇ ਹਾਂ। ਮੈਂ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਐਡੀ ਮਹਾਨ ਕੁਰਬਾਨੀ ਦਿੱਤੀ ਕਿ ਭਾਈ ਗੁਰਦਾਸ ਵਿੱਚ ਤਾਂ ਉਹਦਾ ਜ਼ਰੂਰ ਜ਼ਿਕਰ ਹੋਏਗਾ। ਭਾਈ ਗੁਰਦਾਸ ਉਹਨਾਂ ਦਾ ਅਨਿੰਨ ਭਗਤ ਸੀ, ਸੇਵਕ ਸੀ, ਉਹਨਾਂ ਦਾ ਸਿੱਖ ਸੀ, ਅਤੇ ਉਹਨਾਂ ਦੇ ਬਾਅਦ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਅਦ ਉਹ ਜਿਉਂਦਾ ਰਿਹਾ। ਉਹਨੇ ਪਹਿਲੇ ਗੁਰੂ ਸਾਹਿਬ ਤੋਂ ਆਪਣੀਆਂ ਵਾਰਾਂ ਵਿੱਚ ਇੱਕ ਤਰ੍ਹਾਂ ਦਾ ਇਤਿਹਾਸ ਵੀ ਲਿਖਿਆ। ਲੇਕਿਨ ਅਜੀਬ ਗੱਲ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ 1 ਸ਼ਬਦ ਨਹੀਂ ਲਿਖਿਆ ਹੋਇਆ। ਭਾਈ ਗੁਰਦਾਸ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੋਭਾ ਕਰਦਾ, ਉਹਨਾਂ ਨੂੰ ਬਹੁਤ ਵੱਡਾ ਯੋਧਾ ਮੰਨਦਾ, ਉਹ ਗੁਰੂ ਅਰਜਨ ਸਾਹਿਬ ਬਾਰੇ ਬਿਲਕੁਲ ਚੁੱਪ ਹੈ। ਕੀ ਹੋਇਆ ਗੁਰੂ ਅਰਜਨ ਸਾਹਿਬ ਨਾਲ, ਕਿਸ ਨੇ ਪ੍ਰੇਰਿਆ ਉਹਨਾਂ ਨੂੰ ਸਰਕਾਰ ਨੂੰ ਕਿ ਉਹਨਾਂ ਨੂੰ ਸ਼ਹੀਦ ਕਰੇ, ਕਿਵੇਂ ਸ਼ਹਾਦਤ ਹੋਈ, ਕਿੱਥੇ ਹੋਈ, ਕੱਖ ਨਹੀਂ, ਬਿਲਕੁਲ ਗੁਰਚੁੱਪ। ਉਸ ਤੋਂ ਪਹਿਲਾਂ ਵੀ, ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਬਾਰੇ ਸਾਨੂੰ ਕਿੰਨਾ ਕੁ ਪਤਾ। ਇੱਕ ਸਾਡਾ ਇਤਿਹਾਸਕਾਰ ਹੈ ਡਾਕਟਰ ਮਕਲੋਡ, ਮੇਰਾ ਮਿੱਤਰ ਹੈ, ਉਸਨੇ ਜਿਹੜੀ ਪਹਿਲੀ ਕਿਤਾਬ ਲਿਖੀ ਗੁਰੂ ਨਾਨਕ ਸਾਹਿਬ ਬਾਰੇ, ਉਹਦਾ ਆਕਸਫੋਰਡ ਯੂਨੀਵਰਸਿਟੀ ਦਾ ਥੀਸਿਸ ਸੀ। ਉਹਨੇ ਇਮਤਿਹਾਨ ਦੇਣਾ ਸੀ PhD ਵਾਸਤੇ, ਅਤੇ ਉਹਦੇ ਲਈ ਉਹ ਕਿਤਾਬ ਲਿਖੀ ਸੀ। ਕਿਤਾਬ ਜਿਸ ਵੇਲੇ ਛਪੀ ਤਾਂ ਹਾਹਾਕਾਰ ਮੱਚ ਗਈ ਸਿੱਖਾਂ ਵਿੱਚ, ਇਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਜੀ ਇੰਨਾ ਹੀ ਪਤਾ ਹੈ ਵੀ ਉਹ ਗੁਰੂ ਨਾਨਕ ਸਾਹਿਬ ਹੈਗੇ ਸਨ।
ਉਹ ਕਿੱਥੇ ਗਏ? ਕੋਈ ਕਿਤੇ ਨਹੀਂ ਗਏ, ਉਹ ਇੱਥੇ ਹੀ ਰਹੇ, ਇਸ ਪਿੰਡ ਤੋਂ ਉਸ ਪਿੰਡ ਚਲੇ ਗਏ, ਬਸ ਗੱਲ ਖਤਮ। ਇੱਕ ਲਾਈਨ ਵਿੱਚ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਖਤਮ ਹੋ ਜਾਂਦਾ, ਮੁੱਕ ਜਾਂਦੀ ਹੈ। ਉਹ ਸਾਰੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਉੱਤੇ ਉਸਨੇ ਲੀਕ ਫੇਰ ਦਿੱਤੀ। ਉਹ ਕਹਿੰਦਾ ਸਭ ਗੱਪਾਂ ਨੇ, ਸਿੱਖਾਂ ਨੇ ਬਣਾਈਆਂ ਹੋਈਆਂ, ਕੋਈ ਇਹਨਾਂ ਦੀ ਇਤਿਹਾਸ ਦੀ ਨੀਂਹ ਨਹੀਂ ਹੈਗੀ। ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੇ ਆਪਣੇ ਪਿਤਾ ਦੇ ਗੁਰੂ ਰਾਮਦਾਸ ਜੀ ਦੇ ਵਿਰੁੱਧ ਬਗਾਵਤ ਕਰ ਦਿੱਤੀ। ਗੁਰੂ ਸਾਹਿਬ ਨੇ ਗਵਾਹੀ ਦਿੱਤੀ ਹੈ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਉਹਨੇ ਬਗਾਵਤ ਕਰ ਦਿੱਤੀ। ਉਹ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਮਨੋਹਰ ਦਾਸ ਮਿਹਰਬਾਨ ਹੋਇਆ, ਜਿਸਨੇ ਬੜੀ ਆਪਣੀ ਸਿੱਖੀ ਸੇਵਕੀ ਫੈਲਾਈ, ਖਾਸ ਕਰਕੇ ਪਹਾੜੀ ਇਲਾਕਿਆਂ 'ਚ। ਅੱਗੋਂ ਉਹਦਾ ਪੁੱਤਰ ਹਰਜੀ, ਉਹ ਬੜਾ ਲੇਖਕ ਹੋਇਆ। ਉਸਨੇ ਆਪਣੇ ਪਿਤਾ ਮਨੋਹਰ ਦਾਸ ਮਿਹਰਬਾਨ ਦੀ ਗੋਸ਼ਟ ਲਿਖੀ ਹੈ। ਮੈਂ ਕਿਹਾ ਇਸ ਗੋਸ਼ਟ ਵਿੱਚ ਕਿਤੇ ਨਾ ਕਿਤੇ ਜ਼ਿਕਰ ਤਾਂ ਆਏਗਾ ਨਾ, ਬਈ ਗੁਰੂ ਅਰਜਨ ਸਾਹਿਬ ਕਿਸ ਤਰ੍ਹਾਂ ਸ਼ਹੀਦ ਹੋਏ। ਇੱਕ ਅੱਖਰ ਨਹੀਂ, ਸ਼ਹਾਦਤ ਬਾਰੇ ਕੋਈ ਗਵਾਹੀ ਨਹੀਂ। ਬਹੁਤ ਸ਼ਾਨਦਾਰ, ਬਹੁਤ ਵੱਡੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਦੇ ਦੋ ਸਾਹਿਬਜ਼ਾਦੇ ਕਹਿੰਦੇ ਨੇ ਇੱਟਾਂ ਵਿੱਚ ਚਿਣੇ ਗਏ। ਤੁਹਾਨੂੰ ਪਤਾ, ਮੈਨੂੰ ਦੱਸਣ ਦੀ ਲੋੜ ਨਹੀਂ ਕਿ ਹਸਨ ਅਤੇ ਹੁਸੈਨ ਇਹ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰਿਆਂ 'ਚ ਉਹ ਸ਼ਹੀਦ ਹੋਏ, ਲੜਦੇ ਜਵਾਨ ਸਨ, ਛੋਟੀ ਉਮਰ ਦੇ ਨਹੀਂ ਸਨ। ਅਤੇ ਉਹਨਾਂ ਬਾਰੇ ਅੱਜ ਤੱਕ ਲਖਨਊ ਜਾ ਕੇ ਵੇਖ ਲਓ, ਤੁਸੀਂ ਟੀਵੀ ਉੱਤੇ ਦੇਖਿਆ ਹੋਣਾ, ਲੋਕ ਉਸ ਸ਼ਹਾਦਤ ਨੂੰ ਆਪਣੇ ਪਿੰਡੇ ਉੱਤੇ ਮਨਾਉਂਦੇ ਨੇ, ਛੁਰੀਆਂ ਸੰਗਲੀਆਂ ਨਾਲ ਬੰਨ ਕੇ ਅਤੇ ਆਪਣੇ ਪਿੰਡੇ ਉੱਤੇ ਇਸ ਤਰ੍ਹਾਂ ਛਿੰਡੀਆਂ ਮਾਰਦੇ ਨੇ ਅਤੇ ਲਹੂ ਲੁਹਾਨ ਹੁੰਦੇ ਨੇ। ਕਹਿੰਦੇ ਹਸਨ ਅਤੇ ਹੁਸੈਨ ਦੀ ਯਾਦ ਵਿੱਚ ਅਸੀਂ ਇਹ ਕਰ ਰਹੇ ਹਾਂ। ਜਿਹੜੇ ਨਿੱਕੇ ਨਿੱਕੇ ਬਾਲ ਡੋਡੀਆਂ ਸਨ ਗੁਲਾਬ ਦੀਆਂ, ਅਜੇ ਖਿੜੇ ਨਹੀਂ ਸਨ, ਉਹ ਕੰਨਾਂ ਵਿੱਚ ਚਿਣਾਏ ਜਾਣ। ਪਹਿਲੀ ਗੱਲ ਕਿ ਸਾਡੇ ਕਿਸੇ ਨੂੰ ਨਹੀਂ ਪਤਾ ਭਈ ਕੰਨਾਂ ਵਿੱਚ ਚਿਣਾਏ ਗਏ ਕਿ ਤਲਵਾਰ ਨਾਲ ਸ਼ਹੀਦ ਕੀਤੇ ਗਏ। ਸਾਡੇ ਆਪਣੇ ਇਤਿਹਾਸਕਾਰ, ਮੈਂ ਇੱਕ ਬੱਚਿਆਂ ਲਈ ਕਿਤਾਬਾਂ ਲਿਖਦਾ, ਬਈ ਨਹੀਂ ਹੈਗੀ ਹੈ, ਇਸ ਨੂੰ ਜਿਹੜਾ ਕੁਝ ਸਿਖਾ ਦਿਆਂਗੇ ਸਾਰੀ ਉਮਰ ਯਾਦ ਰਹੇਗਾ। ਮੈਂ ਵੱਡਿਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਛੋਟੀ ਜਿਹੀ ਇੱਕ ਕਹਾਣੀ ਲਿਖੀ। ਮੈਨੂੰ ਤਾਂ ਪੁੱਛਿਆ ਨਹੀਂ, ਮੈਨੂੰ ਦੱਸਿਆ ਨਹੀਂ, ਮੈਂ ਤਾਂ ਹੈਰਾਨ ਹੋ ਗਿਆ ਕਿ ਨਾਮਧਾਰੀ ਦਰਬਾਰ ਜਿਹਨੂੰ ਸ਼ੌਕ ਹੈ, ਉਸ ਨੇ ਪਤਾ ਨਹੀਂ ਕਿੰਨੇ ਹਜ਼ਾਰ ਛਾਪ ਦਿੱਤੀ ਹੈ, ਉਹ ਵੰਡ ਦਿੱਤੀ ਹੈ ਸੰਗਤਾਂ ਵਿੱਚ। ਮੇਰਾ ਜੀ ਕੀਤਾ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਵੀ ਕਹਾਣੀ ਲਿਖਾਂ, ਜਿਹੜੀ ਕਿਤਾਬ ਨੂੰ ਮੈਂ ਆਧਾਰ ਬਣਾਵਾਂ, ਬਣਾਉਣ ਦੀ ਕੋਸ਼ਿਸ਼ ਕਰਾਂ, ਉਹਦੇ ਵਿੱਚ ਕੁਛ ਹੋਰ ਲਿਖਿਆ ਹੁੰਦਾ, ਦੂਜੀ ਵਿੱਚ ਕੁਛ ਹੋਰ ਲਿਖਿਆ ਹੁੰਦਾ। ਖਬਰੇ ਤੁਹਾਡਾ ਜਿਹੜਾ ਇਤਿਹਾਸਕਾਰ ਇੱਥੇ ਸਜਿਆ ਹੋਇਆ, ਉਹ ਮੇਰੀ ਅਗਵਾਈ ਕਰ ਸਕੇ ਤਾਂ ਵਾਹ ਵਾਹ, ਨਹੀਂ ਤਾਂ ਮੁਸ਼ਕਲ ਹੈ ਭਾਈ। ਜਦੋਂ ਸਾਡੀ ਇਤਿਹਾਸ ਦੀ ਇਹੋ ਜਿਹੀ ਹਾਲਤ ਹੋਵੇ, ਉਹਦੇ ਵਿੱਚ ਜਿਹੜੇ ਇਹ ਸਾਰੀ ਸੰਪਰਦਾ ਹੈ ਜਿਹੜੇ ਅੱਜ ਤੁਸੀਂ ਲੋਕ ਬੈਠੇ ਹੋ, ਜੇ ਇਹ ਆਪਣੇ ਇਤਿਹਾਸ ਨੂੰ ਸਾਂਭਣ ਲੱਗੇ ਤਾਂ ਸਾਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਇਹ ਕੁਛ ਤਾਂ ਸਾਡੇ ਸਾਹਮਣੇ ਹੋ ਗਿਆ, ਪ੍ਰਮਾਣਿਕ ਹੋ ਗਿਆ। ਮੈਂ ਜਰਨਲ ਆਫ ਸਿੱਖ ਸਟੱਡੀਜ਼ ਇੱਕ ਅਖਬਾਰ, ਇੱਕ ਰਸਾਲਾ ਅੰਗਰੇਜ਼ੀ ਵਿੱਚ ਕੱਢਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ, ਅਤੇ ਪਹਿਲਾ ਅੰਕ ਜਿਸ ਵੇਲੇ ਛਪਿਆ ਮੈਂ ਉਹਦੇ ਸੰਪਾਦਕੀ ਵਿੱਚ ਲਿਖਿਆ
ਕਿ ਅਸੀਂ ਕੋਸ਼ਿਸ਼ ਕਰਾਂਗੇ, ਕੀਤੀ ਵੀ ਹੈ ਔਰ ਕਰਾਂਗੇ ਕਿ ਅਸੀਂ ਨਿਰਪੱਖ ਤੌਰ 'ਤੇ ਇਤਿਹਾਸ ਪੇਸ਼ ਕਰੀਏ। ਸਰਦਾਰ ਕਪੂਰ ਸਿੰਘ ਜਿਉਂਦੇ ਸਨ, ਉਹ ਮੇਰੇ ਕੋਲ ਆਏ ਔਰ ਕਹਿਣਗੇ ਉਹ ਪ੍ਰੋਫੈਸਰ ਆਹ ਕੀ ਕੀਤਾ। ਮੈਂ ਕਿਹਾ ਜੀ ਮੈਂ ਤਾਂ ਸਗੋਂ ਇਹ ਸਮਝਿਆ ਕਿ ਮੈਨੂੰ ਵਧਾਈ ਦੇਣਗੇ, ਖੁਸ਼ ਹੋਣਗੇ, ਸ਼ਾਬਾਸ਼ ਦੇਣਗੇ। ਕਹਿੰਦੇ ਆਹ ਕੀ ਕੀਤਾ ਹੈ, ਪ੍ਰੋਫੈਸਰ ਹੀ ਮਾਰੀ ਹੈ। ਮੈਂ ਕਿਹਾ ਜੀ ਕੀ। ਉਹ ਕਹਿੰਦੇ ਕਦੇ ਇਤਿਹਾਸ ਵੀ ਨਿਰਪੱਖ ਹੁੰਦਾ। ਮੈਂ ਸੁਣ ਹੋ ਗਿਆ। ਮੈਂ ਕਿਹਾ ਜੀ ਹੋਣਾ ਤਾਂ ਚਾਹੀਦਾ। ਉਹ ਕਹਿੰਦੇ ਭਲਿਆ ਲੋਕਾ, ਜਿਹੜਾ ਇਤਿਹਾਸ ਹੁੰਦਾ ਹੈ ਉਹ ਜਿਹੜਾ ਲਿਖਣ ਵਾਲਾ ਹੈ ਉਹਦੀ ਦ੍ਰਿਸ਼ਟੀ ਤੋਂ ਬਾਹਰ ਨਹੀਂ ਜਾ ਸਕਦਾ। ਇਤਿਹਾਸ ਉਹੀ ਹੈ ਜਿਹੜਾ ਲਿਖਣ ਵਾਲਾ ਹੈ, ਅਤੇ ਲਿਖਣ ਵਾਲੇ ਦੀ ਕਿਸੇ ਨਾ ਕਿਸੇ ਨਾਲ ਤਾਂ ਹਮਦਰਦੀ ਹੋਏਗੀ। ਤੂੰ ਸਿੱਖ ਹੈ, ਇਹ ਸਿੱਖਾਂ ਦਾ ਰਸਾਲਾ ਹੈ, ਸਿੱਖਾਂ ਦੀ ਯੂਨੀਵਰਸਿਟੀ ਹੈ, ਇਹਦੇ ਵਿੱਚੋਂ ਇਹ ਰਸਾਲਾ ਨਿਕਲ ਰਿਹਾ, ਅਤੇ ਤੂੰ ਕਹਿੰਦਾ ਨਿਰਪੱਖ ਹੋਏਗਾ, ਯਾਨੀ ਕਿ ਸਿੱਖਾਂ ਦੇ ਵੀ ਖਿਲਾਫ ਲਿਖਾਂਗੇ। ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿ ਇੱਕ ਨਾਮਧਾਰੀ ਵਿਸ਼ਵਾਸ ਵਾਲਾ ਸਿੱਖ ਅੱਜ ਨਾਮਧਾਰੀਆਂ ਦਾ ਇਤਿਹਾਸ ਲਿਖ ਕੇ ਸੁਰਖਰੂ ਹੋ ਰਿਹਾ। ਇੰਨੀ ਸੰਗਤ ਦੇ ਸਾਹਮਣੇ ਉਹਦਾ ਸਤਿਕਾਰ, ਉਸ ਨੂੰ ਸਾਰੇ ਇਨਾਮ ਮਿਲ ਗਏ। ਕਸੇਲ ਜੀ ਬਾਰੇ ਜੇ ਮੈਂ ਬੋਲਣ ਲੱਗਾਂਗਾ ਤਾਂ ਬਹੁਤ ਦੇਰ ਲੱਗੇਗੀ, ਮੈਂ ਮਾਫ਼ੀ ਮੰਗਦਾ। ਕਸੇਲ ਜੀ ਨੂੰ ਬੜਾ ਯੋਗ ਆਦਮੀ ਚੁਣਿਆ ਗਿਆ, ਔਰ ਮੈਂ ਹਾਲੇ ਇਹ ਇਤਿਹਾਸ ਪੜ੍ਹਿਆ ਨਹੀਂ, ਪਰ ਮੈਂ ਅੰਦਾਜ਼ਾ ਇਹ ਲਾ ਸਕਦਾ ਕਿ ਮੇਰੇ ਵਾਲੀ ਗਲਤੀ ਤਾਂ ਸ਼ਾਇਦ ਇਹਨਾਂ ਨੇ ਨਹੀਂ ਕੀਤੀ ਹੋਣੀ ਕਿ ਨਿਰਪੱਖ ਹੋ ਕੇ ਲਿਖਣ ਦਾ ਮਤਲਬ ਇਹ ਹੈ ਕਿ ਨਾਮਧਾਰੀਆਂ ਦੇ ਵਿਰੋਧ ਵਿੱਚ ਵੀ ਲਿਖੀ ਜਾਣ। ਇਹ ਤਾਂ ਸ਼ਾਇਦ ਨਾ ਕੀਤਾ ਹੋਵੇ, ਨਾਮਧਾਰੀਆਂ ਨੂੰ ਜ਼ਿੰਦਾ ਪ੍ਰੇਰਿਤ ਕੀਤਾ ਹੋਵੇਗਾ, ਉਹਨਾਂ ਦੇ ਇਤਿਹਾਸ ਦਾ ਮਿਹਣਾ ਇੱਕ ਵੱਜੇਗਾ ਕਿ ਸਾਡਾ ਇਤਿਹਾਸ ਇੰਨਾ ਸ਼ਾਨਦਾਰ ਹੈ ਅਤੇ ਅਸੀਂ ਅੱਜ ਕੀ ਹਾਂ ਜਾਂ ਕੱਲ੍ਹ ਨੂੰ ਕੀ ਹੋਵਾਂਗੇ। ਬਹੁਤ ਬਹੁਤ ਕਿਰਪਾ, ਤੁਸੀਂ ਮੈਨੂੰ ਆਰਾਮ ਨਾਲ ਸੁਣ ਲਿਆ। ਮੇਰੇ ਤੋਂ ਜਿਹੜੇ ਪਹਿਲੇ ਗਏ ਨੇ ਬੋਲ ਗਏ ਨੇ, ਮੈਂ ਉਹਨਾਂ ਵਿਦਵਾਨਾਂ ਦਾ ਸ਼ੁਕਰੀਆ ਕਰਦਾ, ਬਹੁਤ ਅੱਛਾ ਬੋਲ ਗਏ ਨੇ, ਮੈਨੂੰ ਖੁਸ਼ੀ ਹੈ। ਧੰਨਵਾਦ।